ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੈਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਅੱਜ ਪ੍ਰੋਗਰਾਮ ਥੋੜ੍ਹਾ ਛੋਟਾ ਹੋਊਗਾ ਕੁਛ ਰਜੇਵੇਂ ਜਿਹੜੇ ਟਾਲੇ ਨਹੀਂ ਜਾ ਸਕਦੇ ਅਤੇ ਇੱਕੋ ਹੀ ਵਿਸ਼ੇ 'ਤੇ ਲੈ ਕੇ ਜਿਹੜਾ ਕਿ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਗੁਰਦਾਸਪੁਰ ਪੰਜਾਬ ਦੇ ਵਿੱਚ ਇੱਕ ਮਜ਼ਦੂਰ ਵਿਚਾਰਾ ਜਾਂਦਾ ਹੈ ਕਿਤੇ ਆਪਦੇ ਕੰਮ 'ਤੇ ਸਟਰੇ ਡਾਗ ਯਾਨੀ ਕਿ ਅਵਾਰਾ ਕੁੱਤਿਆਂ ਵੱਲੋਂ ਉਸਨੂੰ ਖਾ ਲਿਆ ਜਾਂਦਾ ਹੈ ਇਹ ਜਿਹੜੀ ਪ੍ਰੋਬਲਮ ਇਕੱਲੇ ਪੰਜਾਬ ਦੀ ਨਹੀਂ ਹੈ ਇਹ ਪ੍ਰੋਬਲਮ ਕਰੀਬ ਕਰੀਬ ਐਂਟਾਇਰ ਏਸ਼ੀਆ ਦੇ ਵਿੱਚ ਹੈਗੀ ਹੈ ਔਰ ਇੰਡੀਆ ਦੇ ਵਿੱਚ ਤਾਂ ਹਰ ਸਟੇਟ ਦੇ ਵਿੱਚ ਹਰ ਸਿਟੀ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਹੈ ਜੇ ਆਪਾਂ ਇਹਨਾਂ ਦੇ ਆਂਕੜੇ ਦੇਖੀਏ ਤਾਂ ਹਰ ਸਾਲ 20,000 ਕੇਸਿਸ ਆਉਂਦੇ ਜਿੱਥੇ ਕੁੱਤੇ ਜੋ ਹੈ ਹਿਊਮਨ ਬਾਡੀਜ਼ ਨੂੰ ਜਿਉਂਦੇ ਨੂੰ ਖਾ ਲੈਂਦੇ ਹੈ ਅਤੇ ਉਹ ਡੈਥਸ ਹੋ ਜਾਂਦੀਆਂ ਉਹ ਕਾਜ਼ ਸਟਰੇ ਡਾਗਸ ਬਣਦੀਆਂ ਨੇ 2001 ਦੇ ਵਿੱਚ ਇੱਕ ਇਹ ਲਾਅ ਪਾਸ ਹੋਇਆ ਸੀਗਾ ਕਿ ਸਟਰੇ ਡਾਗ ਯਾਨੀ ਕਿ ਅਵਾਰਾ ਕੁੱਤਿਆਂ ਨੂੰ ਜੇ ਮਾਰਿਆ ਤਾਂ ਉਹ ਇਲੀਗਲ ਹੋਊਗਾ ਅਤੇ ਉਹ ਕਾਨੂੰਨ ਦੇ ਦਾਇਰੇ ਤੋਂ ਵਿੱਚ ਬੰਦੇ ਨੂੰ ਲੈ ਲਿਆ ਜਾਏਗਾ ਔਰ ਬੰਦਾ ਜਿਹੜਾ ਹੈ ਜੇ ਤੁਸੀਂ ਮਾਰਦੇ ਹੋ ਹਲਕੇ ਕੁੱਤੇ ਨੂੰ ਜਾਂ ਅਵਾਰਾ ਕੁੱਤੇ ਨੂੰ ਕਿਸੇ ਵੀ ਤਰ੍ਹਾਂ ਤਾਂ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਇਹਦਾ ਸਲਿਊਸ਼ਨ ਕੀ ਹੈ ਇਹ ਕਿੱਦਾਂ ਸੈੱਟ ਕੀਤਾ ਜਾ ਸਕਦਾ ਹਰ ਚੀਜ਼ ਇਹਦੇ ਰੀਜ਼ਨਸ ਕੀ ਹੈ ਇਹਦੀ ਇਹਦੇ ਪਬਲਿਕ ਸੇਫਟੀ ਅਤੇ ਹੈਲਥ ਦੇ ਉੱਤੇ ਕੀ ਇੰਪੈਕਟਸ ਨੇ ਮੈਗਨੀਟਿਊਡ ਕੀ ਹੈ ਸਾਰੀਆਂ ਗੱਲਾਂ ਆਪਣੇ ਨਾਲ ਸਾਂਝੀਆਂ ਕਰਨਗੇ ਸਪੈਸ਼ਲ ਸ਼ਖਸੀਅਤ ਆਪਣੇ ਨਾਲ ਬਣੇ ਹੋਏ ਨੇ ਮਾਣਯੋਗ ਡਾਕਟਰ ਇਸ਼ਪਾਲ ਸਿੰਘ ਬਾਜਵਾ ਜੀ ਉਹਨਾਂ ਨੂੰ ਤੋਂ ਪੁੱਛਾਂਗੇ ਸਾਰੀ ਗੱਲ ਬਾਜਵਾ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸਾਡੇ ਪ੍ਰੋਗਰਾਮ ਦੇ ਉੱਤੇ ਜਸ ਪੰਜਾਬੀ 'ਤੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਜਵਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਔਰ ਤੁਹਾਡੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਜੀ ਬਾਜਵਾ ਸਾਹਿਬ ਬਾਜਵਾ ਸਾਹਿਬ ਇਹ ਜਿਹੜੀ ਮੰਦਭਾਗੀ ਘਟਨਾ ਗੁਰਦਾਸਪੁਰ ਦੇ ਕੋਲ ਵਾਪਰੀ ਹੈ ਸਟਰੇ ਡਾਗਸ ਯਾਨੀ ਕਿ ਅਵਾਰਾ ਕੁੱਤਿਆਂ ਵੱਲੋਂ ਬੰਦਾ ਖਾ ਲਿਆ ਜਾਣਾ ਇਕੱਲਾ ਉੱਥੋਂ ਦੀ ਨਹੀਂ ਹੈ ਇੰਡੀਆ ਦੇ ਹਰ ਪਾਰਟ ਦੇ ਵਿੱਚ ਇਹ ਪ੍ਰੋਬਲਮ ਹੈ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਇਹ ਜਿਹੜਾ 2001 'ਚ ਲਾਅ ਬਣਿਆ ਇਹ ਕਾਜ਼ ਹੈ ਉਹਦੀ ਜਾਂ ਫਿਰ ਕੋਈ ਹੋਰ ਮੈਗਨੀਟਿਊਡ ਹੈ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਨਹੀਂ ਉਹ ਲਾਅ ਕੋਈ ਇਹਦਾ ਕਾਜ਼ ਨਹੀਂ ਹੈ ਇਹਦੇ ਕਾਜ਼ਿਜ਼ ਅੱਗੇ ਆਪਾਂ ਚੱਲ ਕੇ ਦੇਖਦੇ ਹਾਂ ਹੋਰ ਬਹੁਤ ਰੀਜ਼ਨਸ ਹੈ ਉਹ ਠੀਕ ਹੈ ਕਿ ਇੰਡੀਆ 'ਚ ਆਪਣੇ ਇਹਨਾਂ ਨੂੰ ਯੂਥਨਾਈਜ਼ ਕਰਨ ਦਾ ਲਾ ਨਹੀਂ ਹੈ ਪਰ ਇਹਦੇ ਰੀਜ਼ਨ ਹੋਰ ਬੜੇ ਜੇ ਆਪਾਂ ਦੇਖਿਆ ਜਾਏ ਇਹਨਾਂ ਦਾ ਪੰਜਾਬ ਅਤੇ ਸਾਰੇ ਇੰਡੀਆ 'ਚ ਇੰਨਾ ਨੰਬਰ ਵੱਧ ਰਿਹਾ ਸਟਰੇ ਐਨੀਮਲਸ ਦਾ ਡਾਗ ਕੈਟ ਡੰਕੀਜ਼ ਪਿਗਸ ਇਹ ਥਾਂ ਥਾਂ 'ਤੇ ਸ਼ਹਿਰਾਂ 'ਚ ਪਿੰਡਾਂ ਵਾਲੇ ਏਰੀਆ 'ਚ ਪਬਲਿਕ ਪਾਰਕ 'ਚ ਹਰ ਜਗ੍ਹਾ 'ਚ ਇਹ ਤੁਰੇ ਫਿਰਦੇ ਹਨ ਪਰ ਇਹਨਾਂ ਦਾ ਜਿਹੜਾ ਨੰਬਰ ਵੀ ਹੈ ਉਹ ਵੀ ਬਹੁਤ ਜ਼ਿਆਦਾ ਹੈ ਜੀ ਜੇ ਆਪਾਂ ਪੰਜਾਬ ਇਕੱਲੇ 'ਚ ਦੇਖੀਏ ਤਾਂ ਇੱਥੇ ਪਿੰਡਾਂ 'ਚ 82,000 ਅਵਾਰਾ ਗਾਵਾਂ ਝੂਟੇ ਨੀਲ ਗਾਏ ਹੋਰ ਐਨੀਮਲ ਤੁਰੇ ਫਿਰਦੇ ਹੈ ਔਰ ਸ਼ਹਿਰਾਂ ਦੇ ਵਿੱਚ 20,000 ਹੈ ਇਕੱਲੇ ਪੰਜਾਬ ਔਰ ਜਿਹੜੇ ਆਪਣੇ ਕੁੱਤੇ ਹੈ ਉਹ ਕੋਈ 2,60,000 ਤਾਂ ਪਿੰਡਾਂ 'ਚ ਹੈ ਜਿਹੜੇ ਅਵਾਰਾ ਹੈ ਜੀ ਜੀ ਉਹ ਗਲੀ 'ਚ ਰਹਿੰਦੇ ਆ ਅਵਾਰਾ ਉਹਨਾਂ ਦਾ ਓਨਰ ਕੋਈ ਨਹੀਂ ਅਵਾਰਾ ਕੁੱਤੇ ਸਟਰੇ ਕੁੱਤੇ ਆਪਾਂ ਨੂੰ ਕਹਿੰਦੇ ਹਾਂ ਉਹਨਾਂ ਨੂੰ ਜਿਹੜੇ ਕਿਸੇ ਔਰਗਨਾਈਜ਼ਡ ਓਨਰਸ਼ਿਪ ਤੋਂ ਵਾਂਝੇ ਹੈ ਚਾਹੇ ਉਹ ਆਪਣੇ ਗਲੀ ਮੁਹੱਲੇ ਦੇ ਹੈ ਚਾਹੇ ਉਹ ਕਮਿਊਨਿਟੀ ਡਾਗ ਹੈ ਚਾਹੇ ਉਹ ਵੈਸਾ ਅਵਾਰਾ ਹੈ ਜਿਹੜਾ ਵੇਲੇ ਕਵੇਲੇ ਉਹ ਝੁੰਡ ਬਣਾ ਕੇ ਅਤੇ ਉਹ ਬੈਠੇ ਰਹਿੰਦੇ ਆ ਪਰ ਇਵੇਂ ਹੀ ਆਪਣੇ ਸ਼ਹਿਰਾਂ 'ਚ ਕੋਈ 50,000 ਕੁੱਤਾ ਅਵਾਰਾ ਪੰਜਾਬ 'ਚ ਹੈ ਪਰ ਹੁਣ ਜੇ ਦੇਖਿਆ ਜਾਏ ਤਾਂ ਬਹੁਤ ਨੰਬਰ ਹੈ ਪੰਜਾਬ 'ਚ ਜਿਹੜੇ ਟੋਟਲ ਕੁੱਤੇ ਆ ਲੋਕਾਂ ਦੇ ਰਾਖਵੇਂ ਤਾਂ ਦੂਜੇ ਇਹ ਕੋਈ 4.25 ਲੱਖ ਦੇ ਲੱਗ ਗਿਆ ਜਿਹੜੀ ਔਰਗਨਾਈਜ਼ ਓਨਰਸ਼ਿਪ ਜਿਹੜੀ ਓਨਲੀ 25% ਦੀ ਹੈ ਜਿਹੜੇ 75% ਹੈ ਉਹ ਅਵਾਰਾ ਹੈ ਪਰ ਇਹ ਇੱਕ ਰੈਗੂਲਰ ਥਰੈਟ ਹੈ ਹਿਊਮਨ ਸੋਸਾਇਟੀ ਨੂੰ ਇਹ ਬਾਈਟ ਕਰਦੇ ਆ ਇਹ ਲਿਟਰ ਕਰਦੇ ਆ ਜਿੱਥੇ ਮਰਜ਼ੀ ਫੀਸਿਸ ਪਏ ਹੈ ਗੋਹੇ ਪਏ ਹੈ ਕੁੱਤਿਆਂ ਦਾ ਫੀਕਲ ਮਟੀਰੀਅਲ ਦੇ ਯੂਰੀਨੇਟ ਐਵਰੀਵੇਅਰ ਪਬਲਿਕ ਪਾਰਕ 'ਚ ਜਿਵੇਂ ਦੱਸਿਆ ਤੁਰਦੇ ਆ ਫਿਰ ਇਹਨਾਂ ਦੀ ਨੋਇਜ਼ ਐਂਡ ਸਾਊਂਡ ਪੋਲਿਊਸ਼ਨ ਬਹੁਤ ਹੈ ਸਾਰਾ ਸਾਰਾ ਦਿਨ ਭੌਂਕਦੇ ਹਾਂ ਸਾਰੀ ਸਾਰੀ ਰਾਤ ਵੀ ਭੌਂਕਦੇ ਰਹਿੰਦੇ ਹਾਂ ਮੈਂ ਕਈ ਵਾਰੀ ਉੱਥੇ ਇਹ ਐਕਸਪੀਰੀਅੰਸ ਵੀ ਕੀਤਾ ਵੀ ਜੇ ਰਾਤ ਨੂੰ ਤੁਸੀਂ ਅੱਧੀ ਰਾਤ ਨੂੰ ਸੁੱਤੇ ਜੇ ਤੁਹਾਡੀ ਜਾਗ ਖੁੱਲਦੀ ਹੈ ਵਾਧੂ ਕੁੱਤੇ ਜਿਹੜੇ ਭੌਂਕਦੇ ਆ ਉਹ ਤੁਹਾਨੂੰ ਸੁਣਨਗੇ ਸੋ ਇਹਦੇ ਨਾਲ ਲੋਕਾਂ ਨੂੰ ਟੈਕਨੋਲੋਜੀਕਲ ਪ੍ਰੋਬਲਮਸ ਵੀ ਆਉਂਦੀਆਂ ਸੋ ਇਹ ਬਾਕੀ ਹੈ ਕਿ ਜਿਹੜੀਆਂ 2018 'ਚ 1,00,000 ਤੋਂ ਥੋੜ੍ਹੀ ਜਿਹੀ ਜ਼ਿਆਦਾ ਡਾਗ ਬਾਈਟ ਇਕੱਲੇ ਪੰਜਾਬ 'ਚ ਹੋਈ ਹੈ ਇਕੱਲੇ ਪੰਜਾਬ ਜੀ ਜੀ ਔਰ ਫਿਰ ਇਹਨਾਂ ਵਿੱਚੋਂ ਅੱਗੇ ਚੱਲਦੇ ਹਾਂ ਰੇਬੀਜ਼ ਵੀ ਆਪਾਂ ਦੇਖ ਲਵਾਂਗੇ ਅਤੇ ਸਾਰੀ ਦੁਨੀਆ 'ਚ 60,000 ਬੰਦੇ ਜਿਹੜੇ ਆ ਉਹ ਮਰਦੇ ਆ ਰੇਬੀਜ਼ ਨਾਲ ਔਰ ਇਕੱਲੇ ਇੰਡੀਆ 'ਚ
22,000 तो वन थर्ड अपने कंट्री कल्ले च मर जी 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 आवारा कुत्तियां दी गिनती है शहरी खेत्र च जी लुधियाना टाप च कल्ले लुधियाने च 15,000 to 16,000 आवारा कुत्ता है एवें 6,000-7,000 तो हर जिले च है जी 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 तो इस तरह जदों इन्हां सारे नूं मिला के देखदे आ ते कुत्तियां दी बहुत ट्रबल है होर ला लो विच इहदे फिर गावां डंकीज पिग्स जदों आपां सारी वधाउने आ ये काफ़ी जड़ी है ये गलबात जड़ी है बढ़ जाती है जी बाजवा साहब ये मैं तुहानूं तुसीं ना मैनशन किया नील गाय उहनूं पंजाबी भाषा च उत्थे लोकल भाषा च रोजां भी कह दिंदे आ साढ़े जिहड़ा तुसीं राजस्थान का एरिया चल जाओ कल्ला दुकल्ला बंदा खेत नहीं जा सकता और ईवन वो गड्डी दे विच भी वज्जण तां बहुत ज़्यादा नुकसान पहुँचादियां ने ईवन डैथ्स भी हुई ने रोजा जो गड्डी च वज्जदियां लिंक रोड जिहड़ियां छोटियां रोडां दे उत्ते आ के जदों वो गड्डी च वज्जदियां ने तां काफ़ी डैमेज हुंदा है तो उन्हां दी गिनती बहुत ज़्यादा वध रही है और कुछ रिलीजियस इशूज़ भी होंगे है जिवें साडे एरिए दे विच तुसी हिरन नहीं मार सकते क्योंकि वह एक स्पैशल समाज नाल जुड़िया होया हो तो वह इलीगल है जे मारे तो बहुत वड्डा केस तुहाडे ते बन जांदा जिदा कि जिहड़ा फिल्म एक्टर सलमान खान उहदे उत्ते बनिया होया क्योंकि जोधपुर च उहने कीता नहीं कीता हले कानून का काम है अप्रूव करना उहदा नहीं पता पर केस बहुत बनिया होया हुण मैनूं दसो पब्लिक दे उत्ते इहनां दा इंपैक्ट ते आपदा तुसी दसो भी इहने सेफ्टी ਅੱਗੇ ਜਾ ਕੇ ਆਪਾਂ ਕਰਾਂਗੇ ਵੀ ਇਹ ਸੋਲੂਸ਼ਨ ਕੀ ਹੈ ਤੇ ਬੰਦਾ ਆਪਦੇ ਆਪ ਨੂੰ ਕਿੱਦਾਂ ਬਚਾ ਕੇ ਰੱਖੇ ਪਹਿਲਾਂ ਦੇਖੋ ਜੀ ਜਿਵੇਂ ਹੁਣ ਆਪਾਂ ਪ੍ਰੋਬਲਮ ਤਾਂ ਬਹੁਤ ਜ਼ਿਆਦਾ ਜੀ ਔਰ ਇਹ ਮੈਂ ਤਾਂ ਆਪੇ ਇਸੇ ਮਹਿਕਮੇ ਨੂੰ ਮੈਂ ਬਿਲੋਂਗ ਕਰਦਾ ਉੱਥੇ ਵੀ ਦੇਖਿਆ ਕਈ ਵਾਰੀ ਇਹੋ ਜਿਹੀਆਂ ਪੋਲਿਸੀਜ ਸੁਜੈਸਟ ਵੀ ਕੀਤੀਆਂ ਪਰ ਉਹ ਆਪਣੀਆਂ ਕਿਤੇ ਜਾ ਕੇ ਸਿਰੇ ਵਾਲੀਆਂ ਨੇਪਰੇ ਨਹੀਂ ਚੜ੍ਹਦੀ ਜੀ ਹੁਣ ਇਹ ਚੀਜ਼ ਹੈ ਵੀ ਇਹਨੂੰ ਅਗਰ ਇਹਦੀ ਮੈਨੇਜਮੈਂਟ ਕਰਨੀ ਹੈ ਅਗਰ ਇਹਦਾ ਕੰਟਰੋਲ ਕਰਨਾ ਹੈ ਇਹ ਸਾਰੇ ਮਾਮਲੇ ਨੂੰ ਇਹਦੀ ਜਿਹੜੀ ਗ੍ਰੈਵਿਟੀ ਹੈ ਕਿੰਨੀ ਇਹਦੀ ਡੈਪਥ ਹੈ ਬੜੀ ਇਹਦੀ ਕਈਆਂ ਲੈਵਲ 'ਤੇ ਇਹਦੀ ਜਿਹੜੀ ਅੰਡਰਸਟੈਂਡਿੰਗ ਹੋਣੀ ਉਹ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ ਉਹ ਪੰਜਾਬ ਸਟੇਟ ਨੂੰ ਕੋਈ ਇੱਕ ਪ੍ਰੋਜੈਕਟ ਬਣਾ ਕੇ ਕੁਛ ਥੋੜ੍ਹੇ ਵਿੱਚ ਸਾਇੰਟਿਸਟ ਲਾ ਕੇ ਕੁਛ ਸਮਾਜੀ ਲੋਕ ਕੁਛ ਵੈਟਨੇਰੀਅਨ ਐਨੀਮਲ ਸਾਇੰਟਿਸਟ ਲਾ ਕੇ ਪਰ ਇਹਨੂੰ ਪਹਿਲਾਂ ਤਾਂ ਇਹਦਾ ਸਰਵੇ ਬਹੁਤ ਚੰਗੀ ਤਰ੍ਹਾਂ ਕਰਾਉਣਾ ਚਾਹੀਦਾ ਸਰਵੇ ਤੋਂ ਮੇਰਾ ਭਾਵ ਹੈ ਕਿ ਰੀਜਨਸ ਆਈਡੈਂਟੀਫਾਈ ਕਰੋ ਕਿੱਥੇ ਜ਼ਿਆਦਾ ਇਹ ਹੁਣ ਕਈਆਂ ਇਲਾਕਿਆਂ 'ਚ ਮਾਲਵੇ ਵਾਲੇ ਪਾਸੇ ਜ਼ਿਆਦਾ ਹੈ ਜਿਵੇਂ ਤੁਸੀਂ ਕਹਿ ਰਹੇ ਜੇ ਵੀ ਰਾਜਸਥਾਨ ਦੇ ਕੁਛ ਏਰੀਏ ਉੱਥੇ ਬਹੁਤ ਜ਼ਿਆਦਾ ਇਹਦਾ ਪੂਰਾ ਇੱਕ ਪੰਜਾਬ ਦਾ ਇੱਕ ਸਰਵੇ ਮੈਪ ਬਣਾਇਆ ਜਾਏ ਵੀ ਕਿਹੜੇ ਕਿਹੜੇ ਏਰੀਏ 'ਚ ਕਿਹੋ ਜਿਹੇ ਤਰ੍ਹਾਂ ਦੇ ਐਨੀਮਲਸ ਹੈ ਉਹ ਅੱਗੋਂ ਇਹਨਾਂ ਦਾ ਫਿਰ ਇਹਨਾਂ ਦੇ ਕਾਜ਼ਜ਼ ਲੱਭੇ ਜਾਣ ਇਹ ਕਿਉਂ ਰੂਮ ਕਰਦੇ ਆ ਕਿਉਂ ਅਵਾਰਾ ਹੋ ਜਾਂਦੇ ਆ ਕਿਉਂ ਇਹ ਸਟ੍ਰੇ ਹੋ ਜਾਂਦੇ ਆ ਫਿਰ ਇਹਨਾਂ ਦੇ ਹਾਰਨਸ ਹੈ ਜਿਹੜੇ ਸਟ੍ਰੇ ਐਨੀਮਲਸ ਦੇ ਉਹ ਪ੍ਰਾਪਰਟੀ ਡੈਮੇਜ ਹੈਲਥ ਡੈਮੇਜ ਡਿਜ਼ੀਜ਼ ਫੈਲਾਉਂਦੇ ਆ ਉਹ ਲੱਭੇ ਜਾਣ ਕਿਹੜੀਆਂ ਕਿਹੜੀਆਂ ਡਿਜ਼ੀਜ਼ ਹੈ ਫਿਰ ਇਹਨਾਂ ਦੀ ਟੈਕਨੋਲੋਜੀ ਜਿਹੜੀ ਟੂ ਟਰੈਕ ਦਮ ਹੁਣ ਸਟ੍ਰੇ ਐਨੀਮਲ ਤਾਂ ਹੈਗੇ ਆ ਪਰ ਸਾਡੇ ਕੋਈ ਸਰਵੇਲੈਂਸ ਸਿਸਟਮ ਹੈ ਤੁਸੀਂ ਹੁਣ ਇੱਥੇ ਜਾਓ ਸੜਕਾਂ 'ਤੇ ਕਈ ਵਾਰੀ ਜਦੋਂ ਫ੍ਰੀਵੇ 'ਤੇ ਚਲਾਈਦਾ ਤਾਂ ਉੱਥੇ ਕੋਈ ਸਾਈਨ ਆ ਜਾਂਦਾ ਬਈ ਬੀ ਕੇਅਰਫੁਲ ਆਫ ਕ੍ਰਾਸਿੰਗ ਐਨੀਮਲ ਬੀ ਕੇਅਰਫੁਲ ਆਫ ਜੰਪਿੰਗ ਡੀਅਰ ਇਹੋ ਜਿਹੇ ਆਉਂਦੇ ਤਾਂ ਸਾਨੂੰ ਉਹ ਅੱਜ ਕੱਲ੍ਹ ਤੋਂ ਐਨੀਮਲ ਔਰ ਡਿਟੈਕਸ਼ਨ ਸਿਸਟਮ ਤੋਂ ਪਤਾ ਲੱਗ ਜਾਂਦਾ ਜੇ ਕਿਸੇ ਨੂੰ ਉਹਨਾਂ ਨੂੰ ਟਰੈਕ ਕਰਕੇ ਫੜਨਾ ਹੋਵੇ ਜਾਂ ਕਿਤੇ ਲਿਜਾਉਣਾ ਹੋਵੇ ਤਾਂ ਉਹ ਸਿਸਟਮ ਦੱਸ ਦਿੰਦੇ ਆ ਵੀ ਇੱਥੇ ਐਨੀਮਲ ਜਿਹੜਾ ਇੱਥੇ ਪ੍ਰੈਜੈਂਟ ਹੈ ਫਿਰ ਅੱਗੋਂ ਚੱਲ ਕੇ ਇਹਦੇ 'ਚ ਐਡਮਿਨਿਸਟ੍ਰੇਟਿਵ ਰੋਲ ਹੈ ਜਿਹੜੇ ਉਹ ਵੀ ਡਿਫਾਈਨ ਹੋਣੇ ਚਾਹੀਦੇ ਆ ਫਿਰ ਇਹਦੇ ਇਕਨੋਮਿਕ ਅਤੇ ਸੋਸ਼ਲ ਇੰਪੈਕਟ ਸਟੱਡੀ ਹੋਣੇ ਚਾਹੀਦੇ ਆ ਫਿਰ ਕਲਚਰਲ ਐਂਡ ਰਿਲੀਜੀਅਸ ਸਟ੍ਰੇਨਸ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਸਾਡੇ ਉੱਥੇ ਕਈ ਧਾਰਮਿਕ ਵਿੱਚੋਂ ਮੁੱਦੇ ਆ ਜਾਂਦੇ ਆ ਉਹਦੇ ਨਾਲ ਅਸੀਂ ਕਈ ਪ੍ਰੈਕਟਿਸਿਸ ਜਿਹੜੀਆਂ ਵੈਸਟਰਨ ਵਰਲਡ 'ਚ ਚੱਲਦੀਆਂ ਉੱਥੇ ਅਸੀਂ ਲਾ ਨਹੀਂ ਡੀਅਰ ਦੀ ਗੱਲ ਕਰਦਾ ਜੀ ਹਿਰਨ ਇੱਕ ਬਿਸ਼ਨੋਈ ਸਮਾਜ ਹੈ ਜੀ ਉਹ ਕਾਫੀ ਲੰਮਾ ਚੌੜਾ ਸਮਾਜ ਹੈ ਉਹਨਾਂ ਦੀ ਬਿਲੀਫਸ ਨੇ ਉਹਨਾਂ ਦਾ ਬਿਲੀਫ ਸਿਸਟਮ ਇਹ ਹੈ ਕਿ ਉਹ ਜੋ ਵੀ ਉਹ ਦੇਵਤਾ ਨੂੰ ਮੰਗਦੇ ਉਹ ਉਹਨਾਂ ਦੀ ਸਵਾਰੀ ਸੀ ਅਤੇ ਉਹ ਉਹਨਾਂ ਨੇ ਬਾਕਾਇਦਾ ਲਾਅ ਪਾਸ ਕਰਵਾਇਆ ਹੋਇਆ ਆ ਤਾਂ ਤੁਸੀਂ ਦੇਖਿਆ ਹੋਣਾ ਸਲਮਾਨ ਖਾਨ ਕਾਫੀ ਤਰੀਕਾ ਬੋਲਦਾ ਹਾਂਜੀ ਹਾਂਜੀ ਕੁੱਤੇ ਦੇ ਅਗੇਂਸਟ ਵੀ ਤੁਸੀਂ ਡਾਗ ਨੂੰ ਉੱਥੇ ਹੁਣ ਬਹੁਤ ਐਟ ਵਿਲ ਯੂਥਨਾਈਜ਼ ਨਹੀਂ ਕਰ ਸਕਦੇ ਮਾਰ ਨਹੀਂ ਸਕਦੇ ਕਿਉਂਕਿ ਜਦੋਂ ਦੀ ਉਹ ਮੇਨਕਾ ਗਾਂਧੀ ਉਹ ਤਾਂ ਕਿਸੇ ਜਾਨਵਰ ਨੂੰ ਈਵਨ ਜੋਗੀ ਜਿਹੜੇ ਆ ਕਰੈਕਟ ਮੀ ਇਫ ਆਮ ਰੋਂਗ ਜੋਗੀ ਜਿਹੜੇ ਸੱਪ ਨਹੀਂ ਰੱਖ ਸਕਦੇ ਹਾਂ ਮਤਲਬ ਐ ਆ ਜਿਵੇਂ ਤੁਸੀਂ ਅੱਗੇ ਆਪਾਂ ਜਿਵੇਂ ਮੈਂ ਇੱਕ ਵਾਰੀ ਯੂਪੀ ਗਿਆ ਸੀ ਔਰ ਉੱਥੇ ਮੈਂ ਦੇਖਿਆ ਕਿ ਉੱਥੇ ਬਹੁਤ ਜੈਮ ਲੱਗਿਆ ਸੀ ਸੜਕ 'ਤੇ ਤੋ ਪੁੱਛਿਆ ਪਤਾ ਕੀਤਾ ਵੀ ਕੀ ਗੱਲ ਹੈ ਟ੍ਰੈਫਿਕ ਰੁਕਦੀ ਹੈ ਉਹ ਕਹਿੰਦੇ ਜੀ ਇੱਥੇ ਕੋਈ ਆਦਮੀ ਆਪਣੇ 4 ਬੋਲਦ ਖੇਤਾਂ ਨੂੰ ਲਿਜਾ ਰਿਹਾ ਸੀ ਤੋ ਜਿਵੇਂ ਉਹ ਪੰਜਾਲੀ ਪਾ ਕੇ ਉਹਨਾਂ ਨੂੰ
ਗਲੇ ਚੋਂ ਬੱਧਾ ਹੁੰਦਾ ਵੀ ਤੁਹਾਡਾ ਟੋ ਇੱਧਰ ਉੱਧਰ ਨਾ ਜਾਣ, ਤੇ ਉਹਨਾਂ ਕਿਹਾ ਜੀ ਨਹੀਂ ਇਹ ਇਹ ਕਰੂਅਲਟੀ ਹੈ, ਤੋ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਨਹੀਂ ਲਿਜਾ ਸਕਦੇ। ਸੋ ਇਹੋ ਜਿਹੇ ਲਾਅ ਵੈਸੇ ਹੋਣੇ ਤਾਂ ਚਾਹੀਦੇ ਆ, ਪਰ ਦੇਅਰ ਸ਼ੁੱਡ ਬੀ ਸਰਟਨ ਲਿਮਿਟਸ ਐਂਡ ਰਿਲੈਕਸੇਸ਼ਨ। ਸੋ ਇਹ ਫਿਰ ਪਬਲਿਕ ਅਵੇਅਰਨੈਸ ਜਿਹੜੀ ਹੈ ਉਹਦੇ ਪ੍ਰੋਗਰਾਮ ਬਣਨੇ ਚਾਹੀਦੇ ਆ, ਸਟੱਡੀ ਕਰਨ ਦੇ ਸਕੂਲਾਂ 'ਚ ਐਜੂਕੇਸ਼ਨ ਹੋਣੀ ਚਾਹੀਦੀ ਹੈ। ਸੋ ਇਹੋ ਜਿਹੇ ਪ੍ਰੋਗਰਾਮ ਜਿਹੜੇ ਹੈ ਇਹ ਡਿਟੇਲਡ ਇਹਦਾ ਇੱਕ ਪ੍ਰੋਜੈਕਟ 14-15 ਪੈਰਾਮੀਟਰ ਆਪਾਂ ਗਿਣੇ ਆ, ਉਹ ਬਣਾ ਕੇ ਸਟੱਡੀ ਕਰਕੇ ਅਤੇ ਮੁੜ ਕੇ ਅੱਗੇ ਚੱਲਣਾ ਚਾਹੀਦਾ। ਜੀ 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 ਬਾਜਵਾ ਸਾਹਿਬ, ਕੋਈ ਇੱਦਾਂ ਦਾ ਹੈ ਨਹੀਂ, ਚਲੋ ਰੂਲ ਬਣ ਗਏ, ਕੋਈ ਮਜਬੂਰੀਆਂ ਹੋਣਗੀਆਂ, ਮੇਨਕਾ ਗਾਂਧੀ ਨੇ ਖਾਸ ਇਹ ਰੂਲ ਬਣਵਾਏ ਨੇ ਔਰ ਉਹ ਬੜਾ ਸਖਤ ਪਹਿਰਾ ਵੀ ਦੇ ਰਹੀ ਹੈ, ਪਰ ਮੈਂ ਹੁਣ ਕੁੱਤਿਆਂ ਨੂੰ ਛੱਡ ਕੇ ਬਾਕੀ ਗੱਲਾਂ, ਚਲੋ ਆਪਾਂ ਗਾਈਆਂ ਵੱਲ ਵੀ ਆ ਜਾਂਦੇ, ਨੀਲ ਗਾਏ ਵੱਲ ਜਾ ਜਾਂਦੇ, ਡੋਂਕੀਸ ਵੱਲ ਆ ਜਾਂਦੇ, ਕੁੱਤਿਆਂ ਵੱਲ, ਉਹ ਮੰਨ ਲਓ ਕੁੱਤੇ ਆ ਪਿੰਡ ਦੇ ਵਿੱਚ, ਅਤੇ ਜੇ ਕੋਈ ਨੁਕਸਾਨ ਹੁੰਦਾ ਆ ਤਾਂ ਉਹਦੀ ਜ਼ਿੰਮੇਵਾਰ ਵੀ ਸਰਕਾਰ ਹੋਵੇ, ਉਹ ਤਾਂ ਉੱਥੇ ਹੁੰਦੇ ਨਹੀਂ ਹੈ, ਨੰਬਰ ਵਨ। ਨੰਬਰ ਟੂ, ਮੇਰਾ ਇੱਕ ਸੁਜੈਸ਼ਨ ਹੈ, ਹੋ ਸਕਦਾ ਤੁਹਾਨੂੰ ਚੰਗਾ ਲੱਗੇ ਜਾਂ ਸਰਕਾਰ ਨੂੰ ਕਿਸੇ ਨੂੰ, ਕਿ ਮੰਨ ਲਓ ਅਵਾਰਾ ਕੁੱਤੇ ਹੈ, ਅਸੀਂ ਮਾਰ ਵੀ ਨਹੀਂ ਸਕਦੇ, ਇੱਕ ਵਨ ਵਿਭਾਗ ਹੈ ਜੀ ਉੱਥੇ, ਫੋਰੈਸਟ ਡਿਪਾਰਟਮੈਂਟ ਹੈ, ਵਨ ਵਿਭਾਗ ਦਾ ਬਹੁਤ ਲੰਮਾ ਚੌੜਾ ਏਰੀਆ ਆ ਜਿਹੜਾ ਫੈਂਸ ਕੀਤਾ ਹੁੰਦਾ ਹੈ, ਕਿ ਉਹ ਅਲਾਓ ਕੀਤੇ ਜਾ ਸਕਦੇ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ, ਚਾਹੇ ਉਹ ਡਾਂਕੀ ਹੈ, ਚਾਹੇ ਆਪਣੇ ਕੁੱਤੇ ਹੈ, ਚਾਹੇ ਗਧੇ ਹੈ, ਚਾਹੇ ਆਪਣੇ ਨੀਲ ਗਾਏ ਹੈ, ਉਹਨਾਂ ਨੂੰ ਉੱਥੇ ਛੱਡ ਦਿੱਤਾ ਜਾਵੇ? ਦੇਖੋ ਇਹੋ ਜਿਹੇ ਪ੍ਰੋਗਰਾਮ ਗੌਰਮੈਂਟ ਕਾਫੀ ਬਣਾਉਂਦੀ ਹੈ, ਜਿਵੇਂ ਵੇਖੋ ਔਰਗਨਾਈਜ਼ਡ ਗੌਸ਼ਾਲਾ ਬਣਾਈਆਂ ਗਈਆਂ, ਜੀ ਜੀ ਜੀ, ਫਿਰ ਐਵੇਂ ਆ ਡਾਗ ਪਾਂਡਸ ਵੀ ਬਣੇ ਆ, ਫਿਰ ਡਾਗ ਸ਼ੈਲਟਰਸ ਵੀ ਬਣੇ ਆ, ਤੋ ਇਹ ਜਿਵੇਂ ਨੈਚੁਰਲ ਹੈਬੀਟੈਟ 'ਚ ਮਤਲਬ ਵੇਖੋ ਕਰਨ ਨੂੰ ਤਾਂ ਜੋ ਵੀ ਕੰਮ ਕਰੋ ਤੁਸੀਂ ਉਹ ਹੋ ਸਕਦਾ, ਪਰ ਇਹ ਬਹੁਤ ਸਾਰਾ ਇੰਨਾ ਫਿਰ ਪ੍ਰੈਕਟੀਕਲ ਨਹੀਂ ਲੱਗਦਾ ਵੀ ਇਹਦੇ ਵਿੱਚ ਤੁਹਾਨੂੰ ਉਹਨਾਂ ਦਾ ਫੀਡਿੰਗ ਇੰਤਜ਼ਾਮ, ਉਹਨਾਂ ਦਾ ਤੁਹਾਨੂੰ ਖਾਣ ਪੀਣ ਦਾ ਪਾਣੀ ਦਾ ਸਿਸਟਮ, ਫਿਰ ਉੱਥੇ ਉਹਨਾਂ ਦੀ ਲਿਟਰਿੰਗ ਐਂਡ ਕਲੀਨਿੰਗ, ਕਿਉਂਕਿ ਜਿਹੜੀ ਡਾਗ ਦੀ ਪੀਸਿਸ ਹੈ ਉਹ ਤਾਂ ਕਲੀਨ ਹੀ ਕਰਨੀ ਪਈ, ਉਹਦੀ ਕੋਈ ਯੂਜ਼ ਤਾਂ ਹੈ ਨਹੀਂ, ਤੋ ਇਹਨਾਂ ਦੇ ਜਿਹੜੀਆਂ ਡਿਸਪੋਜ਼ਲ ਹੈ ਇਹੋ ਜਿਹੀਆਂ ਚੀਜ਼ਾਂ ਦੀ ਪ੍ਰੋਬਲਮ ਹੈ, ਫਿਰ ਕਿੰਨੇ ਕੁ ਤੁਸੀਂ ਐਨੀਮਲ ਵਰਕਰ ਉੱਥੇ ਰੱਖੋਗੇ? ਸੋ ਇਹਦੇ ਹੋਰ ਬੜੇ ਤਰੀਕੇ ਹੈ ਜਿਹੜੇ ਆਪਾਂ ਅੱਗੇ ਚੱਲ ਕੇ ਡਿਸਕਸ ਕਰਾਂਗੇ। ਜੀ ਬਾਜਵਾ ਸਾਹਿਬ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਅੱਗੇ ਫਿਰ ਆਪਾਂ ਇਹਨੂੰ ਸੋਲਿਊਸ਼ਨ ਨਾਲ ਚੱਲਾਂਗੇ, ਅਤੇ ਨਾਲੇ ਹੋਰ ਜਿਹੜੇ ਆਪਾਂ ਨੂੰ ਇੰਪੈਕਟਸ ਆ ਉਹ ਪਤਾ ਲੱਗੂਗਾ। ਦਰਸ਼ਕੋ, ਸਾਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਬਣੇ ਰਹੋ ਜਸ ਪੰਜਾਬੀ ਦਾ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਹਰ ਪ੍ਰੋਗਰਾਮ ਨੂੰ, ਹਰ ਇਦਾਰੇ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੁੰਦੀ ਕੰਟੀਨਿਊ ਕਰਨ ਲਈ। ਓਪਨਸ ਹੋ ਗਏ ਨੇ ਸਾਰੇ ਇਵੈਂਟਸ, ਤੁਹਾਡੇ ਬਿਜ਼ਨਸ ਵੀ ਖੁੱਲ੍ਹ ਰਹੇ ਨੇ, ਜੇ ਤੁਸੀਂ ਚਾਹੁੰਦੇ ਹੋ ਜਸ ਪੰਜਾਬੀ ਤੁਹਾਡੀ ਬਿਜ਼ਨਸ 'ਚ ਵਾਧਾ ਕਰੇ, ਤੁਸੀਂ ਸਾਨੂੰ ਕਾਲ ਕਰ ਸਕਦੇ info@justbroadcasting.com ਜਾਂ 209-450-3312 ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਦਰਸ਼ਕੋ, ਆਪਣੇ ਨਾਲ ਬਣੇ ਹੋਏ ਨੇ ਮਾਨਯੋਗ ਰਿਸ਼ਪਾਲ ਸਿੰਘ ਬਾਜਵਾ ਜੀ। ਬਾਜਵਾ ਸਾਹਿਬ, ਆਪਾਂ ਗੱਲ ਕਰ ਰਹੇ ਸੀ ਸਟ੍ਰੇ ਐਨੀਮਲ 'ਤੇ, ਮੇਰਾ ਨਾ ਇੱਕ ਦਿਮਾਗ ਦੇ ਵਿੱਚ ਆਇਆ ਕਿ ਜੋ ਬਹੁਤ ਵੱਡਾ ਸ਼ਿਕਾਇਤ ਹੈ ਲੋਕਾਂ ਦੀ, ਆਪਾਂ ਜਾ ਰਹੇ ਗਾਈਆਂ ਵੱਲ, ਕਹਿੰਦੇ ਕਿ ਜਦੋਂ ਤੱਕ ਦੁੱਧ ਦਿੰਦੀਆਂ ਨੇ ਉਹ, ਉਹਨਾਂ ਨੂੰ ਪਾਲੀ ਛੱਡ ਦਿੰਦੇ, ਜਦੋਂ ਦੁੱਧ ਦੇਣਾ ਛੱਡ ਦਿੰਦੀਆਂ ਨੇ ਤਾਂ ਫਿਰ ਉਹਨਾਂ ਨੂੰ ਖੁੱਲ੍ਹਾ ਛੱਡ ਦਿੰਦੇ ਨੇ, ਉਹ ਵਿਚਾਰੀਆਂ ਫਿਰ ਦੇਖੋ ਢਿੱਡ ਦੀ ਭੁੱਖ ਤਾਂ ਹਰੇਕ ਨੂੰ ਸਤਾਉਂਦੀ ਹੈ, ਉਹ ਫਿਰ ਜੇ ਉਹ ਫਸਲਾਂ ਦਾ ਨੁਕਸਾਨ ਹੁੰਦਾ ਤਾਂ ਜ਼ਿਮੀਂਦਾਰ ਤੰਗ ਹੁੰਦੇ, ਸ਼ਹਿਰਾਂ 'ਚ ਵੜਦੇ ਤਾਂ ਟ੍ਰੈਫਿਕ 'ਚ ਪ੍ਰੋਬਲਮ ਆਉਂਦੀ ਹੈ। ਕੀ ਇਸ ਚੀਜ਼ ਦਾ, ਜਿੱਦਾਂ ਤੁਸੀਂ ਦੱਸਿਆ ਸੀ ਗਊਸ਼ਾਲਾ ਇੱਕ ਬਹੁਤ ਵਧੀਆ ਉਪਰਾਲਾ ਹੈ, ਪਰ ਮੈਂ ਬਹੁਤ ਜਗ੍ਹਾ ਦੇਖਿਆ ਕਿ ਗਊਸ਼ਾਲਾ ਦੇ ਵਿੱਚ ਵੀ ਇੰਨੇ ਜ਼ਿਆਦਾ ਗਾਈਆਂ ਆ ਜਾਂਦੀਆਂ ਕਿ ਉਹਨਾਂ ਤੋਂ ਵਿਚਾਰਿਆਂ ਤੋਂ ਸਾਂਭਣਾ ਇੰਨਾ ਔਖਾ ਹੋ ਜਾਂਦਾ, ਤਾਂ ਹੀ ਉਹ ਫਿਰ ਰਾਤ ਨੂੰ ਫਿਰ ਬਾਹਰ ਛੱਡ ਦਿੰਦੇ ਆ, ਇਹਦਾ ਕੋਈ ਇਲਾਜ ਹੋ ਸਕਦਾ? ਦੇਖੋ ਇਲਾਜ ਇੰਡੀਆ ਦੀ ਹੁਣ ਜਿਵੇਂ ਰਿਲੀਜੀਅਸ ਕੰਸਟ੍ਰੇਂਟਸ ਹੈ ਜੀ, ਅਗਰ ਮੈਂ ਕੁਝ ਕਹਿ ਵੀ ਦਿਆਂ ਤਾਂ ਉਹ ਉੱਥੇ ਕੋਈ ਮੀਨਿੰਗਲੈਸ ਹੋਏਗੀ, ਵਰਨਾ ਤਾਂ ਦੁਨੀਆ 'ਚ ਇਹਦੇ ਬਹੁਤ ਸਾਧਨ ਹੈ, ਜਿੱਥੇ ਹੁਣ ਜਿੱਥੇ ਚੀਜ਼ ਦਾ ਨੰਬਰ ਵਧਣਾ ਹੈ ਜੀ, ਉਹਦੇ 'ਚ ਉਹਦੀ ਗਿਣਤੀ ਵਧੇਗੀ, ਉਹ ਕੁਛ ਦਿਨ ਤੋਂ ਬਾਅਦ ਅਨਪ੍ਰੋਡਕਟਿਵ ਵੀ ਹੋ ਜਾਣੇ, ਲੋਕਾਂ ਨੇ ਉਹਨਾਂ ਨੂੰ ਛੱਡਣਾ ਹੀ ਛੱਡਣਾ, ਜਾਂ ਤਾਂ ਹੁਣ ਇਹਦਾ ਨਾ ਡਿਸਪੋਜ਼ਲ ਹੋਵੇ ਕਿਵੇਂ ਇੱਕ ਐਨੀਮਲ ਦੀ, ਉਹ 10-12 ਸਾਲਾਂ ਦਾ, 9 ਸਾਲ ਦੀ ਉਮਰ ਤੋਂ ਬਾਅਦ, 8 ਸਾਲ ਦੀ ਉਮਰ ਤੋਂ ਬਾਅਦ ਉਹਦੀ ਇਕਨੋਮਿਕ ਯੂਟੀਲਿਟੀ ਤਾਂ ਕੋਈ ਰਹਿੰਦੀ ਨਹੀਂ ਜੀ 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 ਸੋਚਣ ਦਾ। ਬਾਜਵਾ ਸਾਹਿਬ, ਤੁਹਾਡੀ ਜਿਹੜੀ ਫਰੇਮ ਹੈ ਬਹੁਤ, ਤੁਸੀਂ ਤੁਹਾਨੂੰ ਸੱਜੇ ਹੋਣਾ ਪੈਣਾ ਹੈ, ਫਰੇਮ ਬਹੁਤ ਹੋਰ ਪਾਸੇ ਗਿਆ, ਤੁਸੀਂ ਐਨ ਕੈਮਰੇ 'ਚ, ਹਾਂਜੀ ਇੱਦਾਂ ਦੇਖੋ ਹੁਣ ਜੀ, ਹਾਂਜੀ ਕੰਟੀਨਿਊ ਬਾਜਵਾ ਸਾਹਿਬ ਜੀ। ਹਾਂਜੀ ਹੁਣ ਆਪਾਂ ਇਹਨੂੰ ਦੇਖਣਾ ਸੀ ਵੀ ਜਿਹੜਾ ਡੈਮੇਜ ਤਾਂ ਇਸ ਦਾ ਬਹੁਤ ਜ਼ਿਆਦਾ ਹੈ ਜੀ, ਸੋਸ਼ਲ ਲਾਈਫ 'ਤੇ ਵੀ ਹੈ, ਹਿਊਮਨ ਲਾਈਫ 'ਤੇ ਵੀ ਹੈ, ਆਈ ਸੋਰਨੈਸ ਵੀ ਹੈ,
ਪਬਲਿਕ ਪਲੇਸਿਸ ਤੇ ਵੀ ਹੈ, ਟੂਰਿਜ਼ਮ ਤੇ ਵੀ ਹੈ। ਹੁਣ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਸੀ ਵੀ ਕੀਤਾ ਕੀ ਜਾਏ, ਕੀਤਾ ਕੀ ਜਾਏ ਕਰਨ ਦਾ ਇਹਦੇ ਕੁਛ ਆਪਾਂ ਰੀਜ਼ਨ ਵੀ ਪਹਿਲਾਂ ਇਹਨਾਂ ਦੇ ਰੀਜ਼ਨ ਫਾਰ ਇਨਕਰੀਜ਼ ਦੇਖੀਏ ਵੀ ਇਹ ਕਿਉਂ ਇੰਨੇ ਕਿਉਂ ਵੱਧ ਰਹੇ ਜੀ। ਇੱਕ ਤਾਂ ਇਹ ਹੈ ਕਿ ਇੰਡੀਆ 'ਚ ਲਾਸ ਆਫ ਹੈਬੀਟੈਟ ਹੋ ਰਿਹਾ, ਜਿੱਥੇ ਇਹ ਐਨੀਮਲ ਰਹਿੰਦੇ ਸੀ ਉਹ ਜਿਹੜੀ ਜਗ੍ਹਾ ਹੈ ਉਹ ਹਿਊਮਨ ਇਨਕਰੀਜ਼ ਇਨ ਅਰਬਨਾਈਜੇਸ਼ਨ ਪਾਪੂਲੇਸ਼ਨ ਉਹਦੇ ਥੱਲੇ ਆਈ ਜਾਂਦੀ ਹੈ ਜੀ ਜੀ। ਹੁਣ ਇਹ ਸਾਡੇ ਨਾਲ ਕੰਪੀਟ ਕਰਦੇ ਹੈ ਸਪੇਸ ਵਾਸਤੇ, ਜਿੱਥੇ ਅਸੀਂ ਇਹਨਾਂ ਦੀ ਲਿਮਿਟਡ ਸਪੇਸ ਹੈ ਲੋਕਾਂ ਕੋਲ, ਉੱਥੇ ਤੁਸੀਂ ਐਨੀਮਲ ਵੀ ਆ ਗਏ ਤੋ ਇਹਨਾਂ ਦੀ ਜਿਹੜੀ ਹੈਬੀਟੈਟ ਹੈ ਉਹ ਡਿਸਟਰਬ ਹੋ ਗਈ ਜੀ। ਅੱਗੋਂ ਫਿਰ ਹੁਣ ਜਿਹੜੀ ਓਪਨ ਗਾਰਬੇਜ ਅਵੇਲੇਬਿਲਟੀ ਸਾਡੀਆਂ ਸੜਕਾਂ ਤੇ ਸਟ੍ਰੀਟਸ ਤੇ ਪਈ ਹੈ ਉਹ ਇਹਨਾਂ ਨੂੰ ਫ੍ਰੀ ਫੂਡ ਹੈ ਇਹਨਾਂ ਐਨੀਮਲਸ ਨੂੰ ਜੀ ਜੀ। ਤੋ ਇਹ ਇਹ ਤੁਰੇ ਫਿਰਦੇ ਆ, ਇਹਨਾਂ ਨੂੰ ਖਾਣ ਨੂੰ ਉੱਥੋਂ ਮਿਲਦਾ ਹੈ, ਉੱਥੋਂ ਇਹਨਾਂ ਦੀ ਗਿਣਤੀ ਹੁੰਦੀ ਰਹਿੰਦੀ ਹੈ। ਫਿਰ ਅੱਗੋਂ ਹੈ ਕਿ ਜਿਹੜੇ ਅਨਪਲੈਨਡ ਡੇਅਰੀਜ਼ ਹੈ ਜੀ ਜੀ ਆਪਣੇ ਅਰਬਨ ਏਰੀਏ, ਵੇਖੋ ਤੁਸੀਂ ਸ਼ਹਿਰਾਂ ਦੇ ਨਾਲ ਨਾਲ ਕਿਉਂਕਿ ਦੁੱਧ ਉਹਨਾਂ ਦਾ ਸ਼ਹਿਰਾਂ 'ਚ ਵਿਕਦਾ, ਉਹ ਬਿਲਕੁਲ ਹੀ ਸ਼ਹਿਰਾਂ ਦੇ ਵਿੱਚ ਪੈਰੀਫਰੀ 'ਤੇ ਆਪਣੇ ਡੰਗਰ ਰੱਖ ਲੈਂਦੇ। ਹੁਣ ਤੁਸੀਂ ਲੁਧਿਆਣੇ ਜਾ ਕੇ ਵੇਖੋ ਉਹ ਜਿਹੜਾ ਹੈਬੋਵਾਲ ਏਰੀਆ ਹੈ ਉਹ ਸਾਰਾ ਆਪਣੇ ਮੱਝਾਂ ਦੀਆਂ ਡੈਰੀਆਂ ਨਾਲ ਭਰਿਆ। ਤੋ ਉਹਦੇ ਨਾਲ ਫਿਰ ਕੀ ਹੈ, ਹਿਊਮਨ ਵੇਸਟ ਹੈ, ਓਵਰ ਕਰਾਊਡਿੰਗ ਹੈ, ਡੰਗਰਾਂ ਦੀ ਵੀ ਹਾਲਤ ਕੋਈ ਵਾਲੀ ਉਹਨਾਂ 'ਚ ਚੰਗੀ ਨਹੀਂ ਰਹਿੰਦੀ, ਜਿਹੜਾ ਫਿਰ ਉਹ ਮਿਲਕ ਹੈ ਉਹਦੀ ਮਿਲਕ ਦੀ ਕੰਟੈਮੀਨੇਸ਼ਨ ਦੇ ਬਹੁਤ ਚਾਂਸ ਹੈ, ਪਾਣੀ ਦੀ ਕੰਟੈਮੀਨੇਸ਼ਨ ਹੈ ਨਾਲ ਉਹਦੇ ਲਾਗੇ। ਜੇ ਤੁਸੀਂ ਮੇਰੇ ਹਾਲ ਦੇਖ ਕੇ ਤਾਂ ਤੁਹਾਡਾ ਫਰੇਮ ਫੇਅਰ ਥੋੜ੍ਹਾ ਹੋਰ ਤਰ੍ਹਾਂ ਜਾ ਰਿਹਾ, ਤੁਸੀਂ ਸਿੱਧਾ ਦੇਖੋ ਕੈਮਰੇ ਵੱਲ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜੇ ਗੌਰਮੈਂਟ ਸਬਸਿਡੀ ਦੇਵੇ ਜਿਹੜੇ ਡੈਰੀ ਚਲਾ ਰਹੇ ਨੇ ਮੱਝਾਂ ਦੀਆਂ ਗਾਈਆਂ ਦੀਆਂ, ਉਹਨਾਂ ਨੂੰ ਸਬਸਿਡੀ ਦੇਵੇ ਕਿ ਜਿਹੜੀਆਂ ਅਨਪ੍ਰੋਡਕਟਿਵ ਗਾਈਆਂ ਜਾਂ ਮੱਝਾਂ ਹੋ ਜਾਂਦੀਆਂ ਆ, ਤੁਸੀਂ ਉਹਨਾਂ ਨੂੰ ਆਵਾਰਾ ਨਹੀਂ ਛੱਡਣਾ, ਅਸੀਂ ਤੁਹਾਨੂੰ ਇੰਨੀ ਸਬਸਿਡੀ ਦੇਵਾਂਗੇ, ਉਹਨਾਂ ਨੂੰ ਫੂਡ ਦੇਈ ਚੱਲੋ, ਵਿਲ ਦੈਟ ਹੈਲਪ? ਦੇਖੋ ਇਹ ਬੜਾ ਵੱਡਾ ਪੈਸਿਆਂ ਦੀ ਤਾਂ ਅੱਗੇ ਹੀ ਪ੍ਰੋਬਲਮ ਹੈ ਜੀ, ਫਾਈਨੈਂਸ਼ੀਅਲ ਦੀ ਜਾਂ ਅੱਗੇ ਹੀ ਪ੍ਰੋਬਲਮ ਹੈ। ਹੁਣ ਅੱਗੋਂ ਤੁਸੀਂ ਹੋਰਾਂ ਪ੍ਰੋਗਰਾਮਸ ਨੂੰ ਨਹੀਂ ਮਿਲਦੇ, ਇਹ ਮੱਝਾਂ ਥੋੜ੍ਹੀਆਂ ਤਾਂ ਨਹੀਂ ਗੀਆਂ, ਮਤਲਬ ਲੱਖਾਂ ਦੀ ਗਿਣਤੀ ਹੈ ਮੱਝਾਂ ਦੀ। ਚਲੋ ਮੱਝਾਂ ਦਾ ਡਿਸਪੋਜ਼ਲ ਤਾਂ ਹੈਗਾ, ਇਹਦਾ ਬੜੀ ਈਜ਼ਲੀ ਮੀਟ ਮਾਰਕੀਟ 'ਚ ਚਲੀਆਂ ਜਾਂਦੀਆਂ। ਪ੍ਰੋਬਲਮ ਜਿਹੜੀ ਆਪਣੇ ਹੈ ਉਹ ਗਾਵਾਂ ਦੀ ਹੈ, ਔਰ ਜਿਹੜੇ ਅੱਗੋਂ ਆਪਣੇ ਜਿਹੜੇ ਡੋਗਸ ਹੈ ਉਹਨਾਂ ਦੀ ਇਹ ਬਹੁਤ ਹੈ। ਤੋ ਫਿਰ ਅੱਗੋਂ ਵੇਖੋ ਇਹਨਾਂ ਦੀ ਅਨਕੰਟਰੋਲਡ ਬਰੀਡਿੰਗ ਹੈ, ਖਾਸ ਕਰਕੇ ਕੁੱਤਿਆਂ 'ਚ, ਕੁੱਤਿਆਂ 'ਚ ਆਵਾਰਾ ਕੁੱਤਿਆਂ 'ਚ ਬਹੁਤ ਬਰੀਡਿੰਗ ਹੈ। ਦੋ ਲੀਟਰ ਇੱਕ ਵੀ ਹੋ ਜਾਂਦੇ ਆ, ਇੱਕ ਮਦਰ ਕਈ ਵਾਰੀ ਆਪਣੇ 15 ਤੋਂ ਲੈ ਕੇ 20 ਬੇਬੀਜ਼ ਵੀ ਸਾਲ ਦੇ ਦੇ ਦਿੰਦੇ ਆ। ਜਿਹੜੇ ਕਿਹੜੇ ਸਟ੍ਰੇ ਐਨੀਮਲਸ ਵੀ ਤੁਰੇ ਫਿਰਦੇ ਆ ਇਹਨਾਂ 'ਚੋਂ ਵੀ ਥੋੜ੍ਹੀ ਬਹੁਤ ਅਨਕੰਟਰੋਲਡ ਬਰੀਡਿੰਗ ਹੈਗੀ ਹੈ ਜੀ ਜੀ ਜੀ। ਬਾਕੀ ਜਿਹੜੀ ਤੁਸੀਂ ਦੂਜੀ ਗੱਲ ਕਹੀ ਸੀ ਜੀ ਜੀ, ਉਹ ਜਿਹੜੇ ਗਾਵਾਂ ਦੇ ਜਿਹੜੇ ਕਾਓ ਵਿਜੀਲੈਂਟੀਜ਼ ਹੈ ਜੀ, ਉਹਨਾਂ ਨੇ ਵੀ ਲੋਕਾਂ ਨੂੰ ਬਹੁਤ ਡਰਾਤਾ ਹੈ। ਉਹ ਐਨੀਮਲ ਇੱਕ ਦੂਜੇ ਤਾਂ ਤੁਸੀਂ ਟਰਾਂਸਪੋਰਟ ਹੀ ਨਹੀਂ ਕਰਦੇ ਜੀ ਜੀ, ਫਿਰ ਬੈਟਰੀ ਵੇਖੀਦਾ, ਮੌਕਾ ਲੱਭੀਦਾ। ਪਿੰਡ 'ਚ ਰਹਿੰਦੇ ਹਾਂ, ਅਗਰ ਜਲੰਧਰ ਰਹਿੰਦੇ ਹਾਂ ਤਾਂ ਲੁਧਿਆਣੇ ਦੀ ਪੈਰੀਫਰੀ 'ਚ ਡੰਗਰ ਛੱਡ ਆਉਣੇ, ਉਹਨਾਂ ਨੂੰ ਡੰਗਰਾਂ ਵਾਲੇ ਮੇਲਿਆਂ 'ਚ ਲੈ ਜਾਣਾ, ਉੱਥੇ ਜਾ ਕੇ ਬੰਨਣਾ, ਕਿਸੇ ਨੂੰ ਕਲੇਮ ਨਹੀਂ ਕਰਨਾ ਕਿਸੇ ਨੇ। ਤੋ ਪਬਲਿਕ ਵੀ ਇਹਦੇ 'ਚ ਬਹੁਤ ਜ਼ਿਆਦਾ ਜ਼ਿੰਮੇਵਾਰ ਹੈ, ਪਰ ਲੋਕਾਂ ਦੀਆਂ ਇਹਦੇ 'ਚ ਬੜੀਆਂ ਮਜਬੂਰੀਆਂ ਵੀ ਹੈ ਜੀ, ਕਿਉਂਕਿ ਐਨੀਮਲ ਮਰੇਗਾ ਤਾਂ ਆਪਣੀ ਲਾਈਫ ਕੱਟ ਕੇ, ਉਹ ਹੁਣ ਤੁਸੀਂ ਬਿਮਾਰ ਠਮਾਰ ਡੰਗਰ ਉਹ ਦੁੱਧ ਤੁਹਾਨੂੰ ਦਿੰਦਾ ਨਹੀਂ, ਤੁਸੀਂ ਕਿੱਥੋਂ ਚਾਰਾ ਪਾਓਗੇ? ਜਿਵੇਂ ਅੱਗੇ ਆਪਾਂ ਕੀਤਾ ਸੀ ਵੀ 83% ਲੋਕ ਤਾਂ ਜਿਹਨਾਂ ਕੋਲ ਐਨੀਮਲਸ ਹੈਗੇ ਆ ਦੁੱਧ ਵਾਲੇ, ਉਹ ਬਹੁਤ ਗਰੀਬ ਲੋਕ ਹੈ, ਉਹ ਤਾਂ ਆਪਣਾ ਮਸਾਂ। ਬਾਈ ਸਾਹਿਬ ਤੁਹਾਡਾ ਫਰੇਮ ਫੇਅਰ ਦੂਸਰੇ ਪਾਸੇ ਜਾ ਰਿਹਾ, ਥੋੜ੍ਹਾ ਕੈਮਰੇ ਵੱਲ ਨੂੰ ਦੇਖੋ ਅਤੇ ਫਿਰ ਬਹੁਤ ਤੁਸੀਂ ਦੂਸਰੀ ਤਰਫ ਦੇਖ ਰਹੇ ਹੋ ਸਾਹਮਣੇ। ਹਾਂਜੀ ਹਾਂਜੀ, ਕੰਟੀਨਿਊ ਜੀ, ਕੰਟੀਨਿਊ ਕਰੋ ਬਾਜੋ ਸਾਹਿਬ। ਹੁਣ ਅੱਗੋਂ ਇਹਦੇ ਚੱਲ ਕੇ ਆਪਾਂ ਦੇਖਣਾ ਹੈ ਜੀ ਜੀ, ਇਹਦਾ ਇੰਪੈਕਟ ਕੀ ਹੈ ਜੀ ਪਬਲਿਕ ਹੈਲਥ ਤੇ ਔਰ ਪਬਲਿਕ ਲਾਈਫ। ਇੱਕ ਤਾਂ ਇਹਨਾਂ ਚੋਂ ਜਿਹੜੀ ਹਿਊਮਨ ਲਾਈਫ ਹੈ ਜੀ, ਇਹ ਸਾਨੂੰ ਦੇਖਣਾ ਪਊਗਾ, ਇਹ ਬਹੁਤ ਪ੍ਰੈਸ਼ੀਅਸ ਹੈ ਜੀ, ਜਿਹੜੀ ਹਿਊਮਨ ਲਾਈਫ ਹੈ ਇਹਨੂੰ ਹਰ ਯਤਨ ਹੀਲਾ ਕਰਕੇ ਇਹ ਬਚਾਉਣੀ ਚਾਹੀਦੀ ਹੈ ਜੀ ਜੀ ਜੀ। ਤੋਂ ਇਹਦੇ 'ਚ ਜਿਹੜੀਆਂ ਸੈਵਰਲ ਗਿਣਤੀ ਬੇਸ਼ੁਮਾਰ ਲੋਕ ਜਿਹੜੇ ਆ ਬਾਈਟ ਦਾ ਸ਼ਿਕਾਰ ਹੁੰਦੇ ਆ, ਰੇਬੀਜ਼ ਨਾਲ ਮਰ ਜਾਂਦੇ ਆ, ਕਈ ਲੋਕ ਡਿਸਫਿਗਰ ਹੋ ਜਾਂਦੇ ਆ ਔਰ ਉਹ ਸਾਰੀ ਲਾਈਫ ਵਾਸਤੇ ਡਿਸੇਬਲ ਵੀ ਹੋ ਜਾਂਦੇ ਆ ਜੀ ਜੀ। ਸਪਰੈਡ ਆਫ ਡਿਜ਼ੀਜ਼ ਹੈ ਜੀ ਜੀ, ਰੇਬੀਜ਼ ਆਪਾਂ ਚੱਲ ਕੇ ਡਿਟੇਲ ਨਾਲ ਕਰਾਂਗੇ, ਪਰ ਉਸ ਤੋਂ ਅਲੱਗ ਇੱਕ ਕੁੱਤਿਆਂ ਤੋਂ ਹੋਰ ਡਿਜ਼ੀਜ਼ ਹੈ
ਲੈਪਟੋਸਪਾਇਰੋਸਿਸ ਬੈਕਟੀਰੀਅਲ ਡਿਜ਼ੀਜ਼ ਹੈ ਹਿਊਮਨ ਬੀਇੰਗ ਦੀਆਂ ਬਹੁਤ ਜਿਹੜੀਆਂ ਉਹ ਕਿਡਨੀਆਂ ਉਹਦੇ ਨਾਲ ਫੇਲ ਹੋ ਜਾਂਦੀਆਂ ਫਿਰ ਮੇਂਜ ਹੈ ਜਿਹਨੂੰ ਆਪਾਂ ਖੁਰਕ ਕਹਿੰਦੇ ਹਾਂ ਫਿਰ ਕਈ ਬਾਜੂ ਸਾਹਿਬ ਹਾਂਜੀ ਆਪਣੇ ਕੋਲ ਕਰੀਬ ਕਰੀਬ ਕੋਈ 7-8 ਮਿੰਟ ਰਹਿ ਗਏ ਹੈ ਹਾਂਜੀ ਤੁਸੀਂ ਫਟਾਫਟ ਰੇਬੀਜ਼ 'ਤੇ ਆ ਕੇ ਅਤੇ ਇਹਦਾ ਸਲਿਊਸ਼ਨ ਦੱਸੋ ਜੀ ਠੀਕ ਹੈ ਜੀ 2-3 ਮਿੰਟ ਰਹਿ ਗਏ ਤੁਸੀਂ ਕਰ ਲਓ ਫਿਨਿਸ਼ ਕਰ ਲਓ ਇਹਨਾਂ ਨੂੰ ਰੇਬੀਜ਼ ਦਾ ਕਰ ਲਓ ਬਾਕੀ ਦਾ ਪ੍ਰੋਗਰਾਮ ਆਪਾਂ ਫਿਰ ਕਿਸ ਦਿਨ ਰਿਕਾਰਡ ਕਰਾਂਗੇ ਰੇਬੀਜ਼ ਦਾ ਅਤੇ ਇਹਦਾ ਸਲਿਊਸ਼ਨ ਕੀ ਹੈ ਇਹ ਕਰ ਲਓ ਤੁਸੀਂ ਠੀਕ ਹੈ ਹਾਂਜੀ ਜਿਵੇਂ ਹੁਣ ਹੋਰ ਡਿਜ਼ੀਜ਼ ਛੱਡ ਕੇ ਆਪਾਂ ਕਿਹਾ ਰੇਬੀਜ਼ ਜਿਹੜੀ ਰੇਬੀਜ਼ ਹੈ ਇਹ ਇੱਕ ਵਰਲਡ ਇੰਪੋਰਟੈਂਸ ਦੀ ਡਿਜ਼ੀਜ਼ ਹੈ ਜਿਹੜੀ ਮੋਸਟਲੀ ਡਾਗ ਬਾਈਟ ਤੋਂ ਹਿਊਮਨ ਨੂੰ ਟ੍ਰਾਂਸਮਿਟ ਹੁੰਦੀ ਹੈ ਔਰ ਇਹਦੇ ਨਾਲ ਜੇ ਪ੍ਰੋਪਰ ਟਾਈਮ ਨਾ ਮਿਲੇ ਇਹਦੇ 'ਚ ਕੋਈ 100% ਡੈਥ ਹੀ ਹੁੰਦੀ ਹੈ ਤੋ ਇਸ ਕਰਕੇ ਇਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਇੰਡੀਆ ਜਿਵੇਂ ਆਪਾਂ ਪਹਿਲਾਂ ਕਿਹਾ ਵੀ 22,000 ਲੋਕ ਆਏ ਸਾਲ ਮਰਦੇ ਹੈ ਇਹ ਜਿਹੜੇ ਦੁਨੀਆਂ 'ਚ 3.3 billion ਪੀਪਲ ਗਲੋਬਲੀ ਦੇ ਲਿਵ ਅੰਡਰ ਦਾ ਥ੍ਰੈਟ ਆਫ ਰੇਬੀਜ਼ ਔਰ ਇੰਡੀਆ ਦੇ ਵਿੱਚ ਇੱਕ ਨਾਨ ਨੋਟੇਬਲ ਡਿਜ਼ੀਜ਼ ਹੈ ਇਸ ਕਰਕੇ ਇਹਦਾ ਸਰਵੇ ਜਾਂ ਦੂਜਾ ਜਾਂ ਟੋਟਲ ਗਿਣਤੀ ਪੂਰੇ ਢੰਗ ਦੇ ਨਾਲ ਨਹੀਂ ਹੋ ਰਹੀ ਡਾਗ ਇਹਦਾ ਰੈਜ਼ਰਵਾਇਰ ਹੋਸਟ ਹੈ ਨੈਚੁਰਲ ਹੋਸਟ ਹੈ ਇਹਦਾ ਸੋਲੂਸ਼ਨ ਕੀ ਐਟ ਦੀ ਐਂਡ ਸੋਲੂਸ਼ਨ ਇਹਦਾ ਇਸ ਤਰ੍ਹਾਂ ਜੀ ਜੀ ਅਗਰ ਕਿਸੇ ਬੰਦੇ ਨੂੰ ਡਾਗ ਬਾਈਟ ਹੋ ਜਾਂਦੀ ਜੀ ਜੀ ਉਹਦਾ ਪਹਿਲਾ ਕੰਮ ਇਹ ਹੈ ਡਾਕਟਰ ਕੋਲ ਜਾਓ ਔਰ ਆਪਣਾ ਜਿਹੜਾ ਵੂੰਡ ਹੈ ਉਹਨੂੰ ਚੰਗੀ ਤਰ੍ਹਾਂ ਧੋ ਦਿਓ ਜੀ 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 ਔਰ ਜਿਹੜਾ ਕੁੱਤੇ ਨੇ ਤੁਹਾਨੂੰ ਵੱਢਿਆ ਚਾਹੇ ਉਹ ਇੰਡੀਆ 'ਚ ਹੈ ਚਾਹੇ ਉਹ ਅਮੈਰੀਕਾ 'ਚ ਉਹਨੂੰ ਟਰੈਕ ਕਰੋ ਅਗਰ ਉਹ ਇੰਡੀਆ 'ਚ ਵੀ ਹੈ ਉਹਨੂੰ ਟਰੈਕ ਕਰਕੇ 14 ਦਿਨ ਟਰੈਪ ਕਰਕੇ ਬੇਸ਼ੱਕ ਉਹਨੂੰ ਆਪਣੇ ਘਰ ਦੇ ਅੰਦਰ ਕੁਆਰੰਟਾਈਨ ਕਰੋ ਹਾਂਜੀ 14 ਦਿਨਾਂ 'ਚ ਹਲਕਾ ਨਹੀਂ ਹੋਏਗਾ ਇਹਦਾ ਮਤਲਬ ਇਹ ਹੈ ਕੁੱਤੇ ਨੂੰ ਰੇਬੀਜ਼ ਹੈ ਨਹੀਂ ਸੀ ਤੁਹਾਨੂੰ ਕੁਛ ਨਹੀਂ ਹੋ ਜਾ ਜੇ ਉਹ 5ਵੇਂ 7ਵੇਂ 8ਵੇਂ ਦਿਨ ਮਰ ਜਾਂਦਾ ਫਿਰ ਤੁਸੀਂ ਕੀ ਕਰਨਾ ਹੈ ਫਿਰ ਤੁਹਾਨੂੰ ਟੀਕੇ ਲੱਗਣੇ ਜੀ ਜੀ ਉਹ ਜਿਹਨੂੰ ਅਸੀਂ ਕਹਿੰਦੇ ਹਾਂ ਪੋਸਟ ਐਕਸਪੋਜ਼ਰ ਟੀਕਾ ਉਹ ਟੀਕੇ ਬਹੁਤ ਜ਼ਿਆਦਾ ਗਿਣਤੀ 'ਚ ਅਵੇਲੇਬਲ ਆ ਇੰਡੀਆ 'ਚ ਵੀ ਹੈਗੇ ਆ ਫਿਰ ਉਹ ਟੀਕਿਆਂ ਦਾ ਕੋਰਸ ਕਰੋ ਅਤੇ ਆਪਣੇ ਤੁਹਾਨੂੰ ਫਿਰ ਉਹਦੀ ਬੱਚਤ ਨਹੀਂ ਹੈ ਕਈਆਂ ਕੇਸਿਸ 'ਚ ਡਾਕਟਰ ਡਿਟਰਮਿਨ ਕਰਦਾ ਵੀ ਜੇ ਲੇਟ ਹੋ ਗਏ ਵੀ ਟੀਕੇ ਲੱਗਣੇ ਲੇਟ ਸ਼ੁਰੂ ਹੋਏ ਉਹਦੀ ਫਿਰ ਆਪਣੀ ਸੀਰਮ ਵੀ ਮਿਲ ਜਾਂਦੀ ਹੈ ਜਿਹਨੂੰ ਆਪਾਂ ਅਮਿਊਨੋਗਲੋਬਿਨ ਰੇਬੀਜ਼ ਅਮਿਊਨੋਗਲੋਬਿਨ ਕਹੀ ਦੀਆਂ ਉਹ ਦੇ ਦਿੱਤੀਆਂ ਅਤੇ ਉਹਦੇ ਨਾਲ ਤੁਹਾਡੀ ਜਿਹੜੀ ਹੈ ਉਹ ਬੱਚਤ ਹੋ ਜਾਂਦੀ ਹੈ ਅਤੇ ਬਾਕੀ ਹੁਣ ਜਿਹੜੇ ਸਟ੍ਰੇ ਐਨੀਮਲਸ ਹੈ ਕੁੱਤਿਆਂ ਦਾ ਕੰਮ ਐਕਚੁਲੀ ਤਾਂ ਗਵਰਨਮੈਂਟ ਵੱਲ ਤਾਂ ਆਪਾਂ ਦੇਖਦੇ ਹਾਂ ਪਰ ਇਹਦੇ 'ਚ ਸਾਡੀ ਇੱਕ ਸਿਵਕ ਡਿਊਟੀ ਜ਼ਿਆਦਾ ਹੈ ਅਸੀਂ ਜੇ ਇਹਨਾਂ ਨੂੰ ਇੱਕ ਬੰਦਾ ਇੱਕ ਕੁੱਤਾ ਅਡਾਪਟ ਕਰ ਲਏ ਇੱਕ ਬੰਦਾ ਇੱਕ ਕੁੱਤਾ ਜੀ ਫਿਰ ਅੱਗੋਂ ਇਹਨਾਂ ਦੇ ਪ੍ਰੋਪਰ ਸਪੇਅਰ ਨਿਊਟਰ ਕਰਾਓ ਇਹਨਾਂ ਨੂੰ ਕੁੱਤਿਆਂ ਨੂੰ ਮੇਲ ਨੂੰ ਨਿਊਟਰ ਕਰਾ ਦਿਓ ਉਹ ਬਰੀਡ ਨਾ ਹੋਣ ਮੈਂ ਕਿਤੇ ਪੜ੍ਹਦਾ ਸੀ ਅਗਰ 5 ਸਾਲ ਬੜੀ ਚੰਗੀ ਤਰ੍ਹਾਂ ਇਹ ਪ੍ਰੋਗਰਾਮ ਕੀਤੇ ਜਾਣ ਤਾਂ ਅਸੀਂ ਇਹਨਾਂ ਦੀ ਜਿਹੜੀ ਗਿਣਤੀ ਹੈ ਬਹੁਤ ਸੇਫ ਲੈਵਲ ਤੱਕ ਰਿਡਿਊਸ ਕਰ ਸਕਦੇ ਹਾਂ ਤਾਂ ਗਵਰਨਮੈਂਟ ਅਤੇ ਦੂਜਿਆਂ ਨੂੰ ਮੇਰਾ ਇੱਕ ਸੁਝਾਓ ਹੈ ਜੀ ਇਸ ਮਹਿਕ ਮੈਨੂੰ ਇਹਨਾਂ ਨੇ ਐਨੀਮਲ ਹਸਬੈਂਡਰੀ ਦੇ ਥੱਲੇ ਰੱਖਿਆ ਜੀ ਜੀ ਆਈ ਸੁਜੈਸਟ ਗਵਰਨਮੈਂਟ ਆਫ ਇੰਡੀਆ ਐਂਡ ਗਵਰਨਮੈਂਟ ਆਫ ਪੰਜਾਬ ਟੂ ਮੇਕ ਏ 1 ਮਿਨਿਸਟਰੀ ਆਫ ਐਨੀਮਲ ਕੰਟਰੋਲ ਐਂਡ ਵੈਲਫੇਅਰ ਜੀ ਜੀ ਤੋ ਇਹਨੂੰ ਇੱਕ ਸੈਪਰੇਟ ਬਣਾਓ ਉਹਦੇ 'ਚ ਇਹਦਾ ਸੈਪਰੇਟ ਸਟਾਫ ਰੱਖੋ ਸੈਪਰੇਟ ਇਹਨਾਂ ਦੀ ਐਜੂਕੇਸ਼ਨ ਪੀ ਆਰ ਪਬਲਿਕ ਅਵੇਅਰਨੈਸ ਤੋ ਇੱਕ ਨਵੀਂ ਮਿਨਿਸਟਰੀ ਸਟੇਟ ਵਾਈਜ਼ ਬਣੇ ਸੈਂਟਰ 'ਚ ਵੀ ਬਣੇ ਕਿਉਂਕਿ ਸਟ੍ਰੇ ਐਨੀਮਲਸ ਇੰਡੀਆ 'ਚ ਇੱਕ ਕਾਫੀ ਜ਼ਿਆਦਾ ਪ੍ਰੋਬਲਮ ਹੈ ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ ਆਪਾਂ ਫਿਰ ਕਿਸ ਦਿਨ ਸੈਸ਼ਨ ਲਾਵਾਂਗੇ ਕਿਉਂਕਿ ਸਲਿਊਸ਼ਨ ਤੁਸੀਂ ਦੱਸਿਆ ਵੀ ਇਹ ਹੋ ਸਕਦਾ ਆ ਉਸ ਤੋਂ ਬਾਅਦ ਪਰ ਆਪਾਂ ਤੁਹਾਡੇ ਤੋਂ ਜ਼ਰੂਰ ਇਹ ਨੌਲੇਜ ਜ਼ਰੂਰ ਲਵਾਂਗੇ ਦਰਸ਼ਕਾਂ ਦੇ ਰੂਬਰੂ ਜ਼ਰੂਰ ਹੋਵਾਂਗੇ ਕਿ ਇਹਨਾਂ ਦੀ ਬਰੀਡਿੰਗ ਕਿੱਦਾਂ ਰੋਕੀ ਜਾ ਸਕਦੀ ਹੈ ਔਰ ਉਸ ਤੋਂ ਬਾਅਦ ਵੱਧ ਤੋਂ ਵੱਧ ਜਿਹੜੇ ਲੋਕ ਨੇ ਉਹ ਕੁੱਤੇ ਆਪਦੇ ਘਰ 'ਚ ਰੱਖਣ ਬਜਾਏ ਕਿ ਆਵਾਰਾ ਕੁੱਤੇ ਬਾਹਰ ਤੁਰੇ ਫਿਰਨ ਆਵਾਰਾ ਹੋ ਕੇ ਅਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਐਜ਼ ਵੈਲ ਐਜ਼ ਦੀ ਗਾਈਆਂ ਅਤੇ ਜਿਹੜੇ ਹੋਰ ਐਨੀਮਲਸ ਨੇ ਡਾਂਕੀਸ ਨੇ ਅੱਜ ਤੁਸੀਂ ਬਹੁਤ ਸੋਹਣਾ ਇਲੈਬਰੇਟ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ ਆਪਾਂ ਮਿਲਦੇ ਹਾਂ ਕਿਸੇ ਹੋਰ ਅਗਲੇ ਪ੍ਰੋਗਰਾਮ 'ਚ ਧੰਨਵਾਦ ਬਾਜਵਾ ਸਾਹਿਬ ਬਹੁਤ ਬਹੁਤ ਹਾਂਜੀ ਸਤਿ ਸ਼੍ਰੀ ਅਕਾਲ ਦਰਸ਼ਕੋ ਇਹ ਸਨ ਸਰਦਾਰ ਰਿਸ਼ਪਾਲ ਸਿੰਘ ਬਾਜਵਾ ਬਹੁਤ ਸੋਹਣਾ ਇਲੈਬਰੇਟ ਕੀਤਾ ਸਟ੍ਰੇ ਡਾਗ ਯਾਨੀ ਕਿ ਅਵਾਰਾ ਕੁੱਤਿਆਂ ਦੇ ਬਾਰੇ ਅਵਾਰਾ ਗਾਈਆਂ ਜਾਂ ਹੋਰ ਜਿਹੜੇ ਪਸ਼ੂ ਆਪਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਇੰਡੀਆ ਦੇ ਵਿੱਚ ਉਹਨਾਂ ਦਾ ਸਲਿਊਸ਼ਨ ਕੀ ਆ ਪਰ ਡੈਫੀਨੇਟਲੀ ਆਪਾਂ ਫਿਰ ਕਿਸ ਦਿਨ ਸੈਸ਼ਨ ਲਾਵਾਂਗੇ ਅਤੇ ਹੋਰ ਦੇਖਾਂਗੇ ਬਰੀਡਿੰਗ ਕਿੱਦਾਂ ਰੋਕੀ ਜਾ ਸਕਦੀ ਹੈ ਆਪਦਾ ਪੂਰਾ ਖਿਆਲ ਰੱਖਣਾ ਮੈਨੂੰ ਗੁਰਲਾਲ ਨੂੰ ਦੀ ਇਜਾਜ਼ਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਤੇ ਸ਼ਬਾ ਖੈਰ